ਬੰਦੇ ਸਾਰੀ ਰਾਤ ਮੋਤਰ ਕਰਨ ਹੀ ਨਹੀਂ ਉੱਠਦੇ ਆ ਡੱਡੋ ਪੈਰ ਉਤੋਂ ਛਾਲ ਮਾਰ ਜੇ ਕਈਆਂ ਦਾ 10 ਦਿਹਾੜੇ ਬੁਖਾਰ ਹੀ ਨਹੀਂ ਉੱਤਰਦਾ ਹਾਂ ਜੇਕਰ ਕਦੀ ਜ਼ਿੰਦਗੀ ਵਿੱਚ ਸੱਪ ਸਾਹਮਣੇ ਆ ਜਾਵੇ ਲਾਲਾ ਜੀ ਇਹਨੂੰ ਮਾਰਨਾ ਚਾਹੋ ਇਹਨੇ ਮਾਰਨ ਦਾ ਇੱਕ ਬੜਾ ਆਸਾਨ ਜਿਹਾ ਤਰੀਕਾ ਹੈ ਇਹ ਤਾਕਤ ਨਾਲ ਨਹੀਂ ਮਰਦਾ ਜ਼ੋਰ ਨਾਲ ਨਹੀਂ ਮਰਦਾ ਬਾਬਾ ਜੀ ਇਹ ਜਦੋਂ ਵੀ ਮਰਦਾ ਬੰਦੇ ਦੀ ਅਕਲ ਦੇ ਨਾਲ ਮਰਦਾ ਅਕਲ ਨਾਲ ਇਹ ਕਿਵੇਂ ਮਰਦਾ ਇਹ ਜਦੋਂ ਜੰਗਲ ਦੇ ਵਿੱਚ ਹੋਵੇ ਆਜ਼ਾਦ ਤੁਸੀਂ ਲਾਲਾ ਜੀ ਸਨਾਗ ਦੇ ਸਿਰ ਦੇ ਵਿੱਚ ਸਿੱਧੀ ਡਾਂਗ ਮਾਰੋਗੇ ਇਹ ਫਨ ਵਾਲਾ ਨਾਗ ਇਹ ਜ਼ਖਮੀ ਹੋਏਗਾ ਲੇਕਿਨ ਮਰੇਗਾ ਨਹੀਂ ਇਹਨੂੰ ਜਦੋਂ ਵੀ ਮਾਰਨਾ ਆਵੇ ਇਹਨੂੰ ਤਲੇਛਵਾਂ ਮਾਰੋ ਜਿਹਨੂੰ ਪੰਜਾਬੀ ਚ ਟੋਲਾ ਕਹਿੰਦੇ ਇਹ ਲਗਾ ਜਾਏਗਾ ਤੇ ਜੇ ਕੋਲੇ ਕੋਈ ਡਾਂਗ ਸੋਟੀ ਲਾਠੀ ਨਾ ਹੋਵੇ ਲਾ ਜੀ ਘਬਰਾਉਣ ਦੀ ਕੋਈ ਲੋੜ ਨਹੀਂ ਆ ਸ਼ੁਗਲ ਦੇਖੋ ਇਹ ਮੋਢੇ ਤੇ ਕੱਪੜਾ ਹੈ ਤੇ ਉਤਾਰ ਲਓ ਕੱਪੜਾ ਨਹੀਂ ਤੇ ਫਿਰ ਗਲੇ ਦੀ ਕਮੀਜ਼ ਕਿਉਂਕਿ ਜਾਨ ਤੋਂ ਚੰਗੀ ਕੋਈ ਸ਼ਾਵੀ ਕੋਈ ਨਹੀਂ ਜਿੱਥੇ ਨਾਗ ਦੇਖਣਾ ਦੋ ਕਦਮ ਪਿੱਛੇ ਖੜੇ ਹੋ ਜਾਣਾ ਨਾਗ ਦੇ ਕੇ ਕੱਪੜਾ ਕਰਨਾ ਜਦੋਂ ਤੁਸੀਂ ਨਾਗ ਦੇ ਕੇ ਕੱਪੜਾ ਕਰੋਗੇ ਇਹਨੂੰ ਗੁੱਸਾ ਆਏਗਾ ਇਹ ਚੱਕ ਮਾਰੇਗਾ ਇਹਦੇ ਜਿਹੜੇ ਦੰਦ ਨੇ ਉਹ ਕੱਪੜੇ ਵਿੱਚ ਅੜ ਜਾਣਗੇ ਤੇ ਜਦੋਂ ਇਸ ਨਾਗ ਦੇ ਦੰਦ ਕੱਪੜੇ ਵਿੱਚ ਅੜ ਜਾਣ ਫਿਰ ਦੇਰ ਨਹੀਂ ਕਰਨੀ ਪੈਰੋਂ ਲਿੱਤਰ ਲਾਓ ਤਸੱਲੀ ਨਾਲ 5-7 ਦਿਨ ਦੀ ਖੁਲਤੀ ਵਿੱਚ ਦੇ ਮਰ ਜਾਏਗਾ ਤੇ ਜੇ ਮਾਰਨ ਦੀ ਹਿੰਮਤ ਨਾ ਹੋਵੇ ਫਿਰ ਇੱਕ ਕੰਮ ਕਰਨਾ ਕਿਹੜਾ ਕੱਪੜਾ ਖੁਦਾ ਵਾਸਤੇ ਇਹਨੂੰ ਬਖਸ਼ ਦੇਣਾ ਆਪ ਉੱਥੋਂ ਨੱਠ ਜਾਣਾ ਪਰ ਬਾਬਾ ਜੀ ਉਦੋਂ ਨੱਠਣ ਦੀ ਹਿੰਮਤ ਇਹਨਾਂ ਲੱਤਾਂ ਵਿੱਚ ਨਹੀਂ ਰਹਿੰਦੀ ਹੱਥ ਦੇ ਵਿੱਚ ਚਿੱਟ ਫੜੀ ਹੁੰਦੀ ਹੈ ਲੱਤਾਂ ਥੱਲੋਂ ਧੀਰੀ ਭੈਣ ਦੀਆਂ ਕਰਦੀਆਂ ਆ ਚੰਗੇ ਭੱਲੇ ਬੰਦੇ ਦੇ ਮੂੰਹ ਦੇ ਵਿੱਚੋਂ ਸੱਪ ਦੀ ਬਜਾਏ ਹੱਪ ਹੱਪ ਦੀ ਆਵਾਜ਼ ਆਉਂਦੀ ਲਓ ਜੀ ਆ ਨਾਗ ਦੇਖੋ ਜਿਹੜੇ ਹਿੰਦੂ ਜੋਗੀ ਲੋਕ ਜਿਸ ਵਕਤ ਆਪਣੀ ਬੇਟੀਆਂ ਦੀ ਸ਼ਾਦੀ ਕਰਦੇ ਨੇ ਉਹਨਾਂ ਦੇ ਜਹੇਜ਼ ਵਿੱਚ ਦਿੰਦੇ ਨੇ ਲੇਕਿਨ ਇੱਕ ਇੱਕ ਕਦਮ ਜ਼ਰਾ ਲਕੀਰ ਉੱਤੇ ਹੋ ਜਾਣਾ ਤਾਂ ਕਿ ਸੱਪ ਦਾ ਕੜਾ ਪੂਰਾ ਆਵੇ ਇਹਨੂੰ ਮੈਦਾਨ ਦੇ ਵਿੱਚ ਮੈਂ ਛੱਡਾਂ ਜੀ ਬਾਤ ਅਜੇ ਤੁਸੀਂ ਵੀ ਜ਼ਰਾ ਨਾਲ ਮਿਲ ਜਾਣਾ ਪਿਛਲੇ ਲੱਗ ਜਾਵੇ ਬੰਦਾ ਇਹਦੇ ਦਾ ਫਲੂਦਾ ਕੱਢ ਛੱਡਦਾ ਤੇ ਜਿਹਦਾ ਦਾ ਲੱਗ ਜਾਵੇ ਤੇ ਇਹ ਬੰਦੇ ਦਾ ਯਾਣਾ ਮੁਕਾ ਛੱਡਦਾ ਗੱਲ ਦਾ ਦੀ ਜਿੰਦਾ ਪਹਿਲੇ ਲੱਗ ਜਾਵੇ ਤੇ ਜੇ ਅੱਲਾ ਨਾ ਕਰੇ ਖੁਦਾ ਨਾ ਕਰੇ ਸੱਪ ਮਾਰਨ ਲੱਗਿਆ ਪਕੜਨ ਲੱਗਿਆ ਜਾਂ ਅਚਾਨਕ ਕਿਸੇ ਵੀ ਭਾਈ ਨੂੰ ਜਾਵੇ ਲੜ ਤੇ ਲਾਲਾ ਜੀ ਇਹਨਾਂ ਦਾ ਮਣਕਾ ਛਣਕਾ ਨਹੀਂ ਲੱਭਣਾ ਬੋਲੋ ਜੀ ਸੱਚ ਚੰਗਾ ਹੁੰਦਾ ਜਾਂ ਕੋੜ ਰੱਬੇ ਕਾਇਨਾਤ ਦੀ ਕਸਮ ਹੈ ਭਾਈ ਜਾਨ ਸੱਪ ਦਾ ਮਣਕਾ ਹੁੰਦਾ ਹੀ ਨਹੀਂ ਤੁਸੀਂ ਮੰਨੋ ਜਾਂ ਭਾਵੇਂ ਨਾ ਮੰਨੋ ਫਿਰ ਕਈ ਬੰਦੇ ਸਾਡੇ ਤੇ ਸਵਾਲ ਕਰਦੇ ਨੇ ਅਗਰ ਸੱਪ ਦਾ ਮਣਕਾ ਤੇ ਹੁੰਦਾ ਨਹੀਂ ਅੱਲਾ ਨਾ ਕਰੇ ਬੰਦੇ ਨੂੰ ਜ਼ਿੰਦਗੀ ਵਿੱਚ ਕਦੀ ਸੱਪ ਲੜ ਜਾਵੇ ਤੇ ਬੰਦੇ ਨੂੰ ਘਰ ਪਾ ਕੇ ਫੜਕਾ ਲਿਆ ਕਰੀਏ ਨਹੀਂ ਮੇਰਾ ਦੋਸਤ ਉਸ ਬੰਦੇ ਦੀ ਪਹਿਚਾਣ ਕਰੋ ਕਿ ਬੰਦੇ ਨੂੰ ਸੱਪ ਜ਼ਹਿਰ ਵਾਲਾ ਲੜਿਆ ਜਾਂ ਬਗੈਰ ਜ਼ਹਿਰ ਤੋਂ ਲੜਿਆ ਹੁਣ ਕਈ ਬੰਦੇ ਸੋਚੀ ਪੈ ਜਾਣਗੇ ਯਾਰ ਉਸ ਬੰਦੇ ਦੀ ਪਹਿਚਾਣ